ਚੜਾਉਣਾ ਹੁਣ ਬਾ ਗੱਲ ਮੁੱਕ ਗਈ 200 ਛੱਡਦੀ ਇੰਨੇ ਬੰਦੇ ਤੋਂ ਮੰਨ ਜਾ ਗੱਲ ਉਹ ਮੰਨੀ ਨਹੀਂ ਜਾਂਦੀ ਉਹ ਭਰਾਵਾ ਬਾਪੂ ਮਾਰ ਕੇ ਕਰੇ ਉਹ ਮੈਂ ਨਹੀਂ ਯਾਰ ਉਹ ਜਾ। वीडियो सबसे पहले देखने के लिए चैनल को सब्सक्राइब करें, घंटी का बटन ऑल पे कर दें ताकि सभी नोटिफिकेशन आप तक सबसे पहले पहुंच जाए। धन्यवाद। छाड़े ना होना हो गया ओ, मेरा है नहीं, मैं तकना पड़ा दे भाई, मैं ठीक हूं, मैं भाड़ के ना ना नहीं असि हुन सौदा कर रहे हांगे, ओ बंदे आगे ऊपर से सौदा कर रहे ते फिर गल जायज है कि नहीं जायज है? ਕੋਈ ਨਹੀਂ ਉਹ ਵੀ ਗੱਲ ਸੁਣਾਂਗੇ, ਕੋਈ ਚੱਕਰ ਨਹੀਂ, ਪਹਿਲਾਂ ਸੌਦਾ ਕਰ ਲਓ। ਹੁਣ ਤੁਸੀਂ ਕਰਦੇ ਹੋ ਜੀ 9500 ਰੁਪਏ ਕਹੇ ਸੋ ਖੜ ਜਾਓ, ਇੱਕ ਮਿੰਟ ਖੜ ਜਾਓ ਯਾਰ, ਕਿਹੜਾ ਬਾਈ ਹੈ ਸੌਦਾ ਕਰਨ ਵਾਲਾ ਦੂਜਾ ਤੁਸੀਂ? ਕੋਈ ਨਹੀਂ ਖੜ ਜਾਓ, ਤੁਸੀਂ ਵੀ ਖੜ ਜਾਓ, ਆਪਾਂ ਨਵੇੜਾਂਗੇ। ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਸਾਨ ਵੀਰੋ ਤੁੰਗਾਲੀ ਮੰਡੀ ਦੇ ਵਿੱਚ ਖੜੇ ਆ ਤੇ ਚੱਲਦੇ ਹੋਏ ਸੌਦੇ ਦੇ ਵਿੱਚ ਫੇਰ ਅਸੀਂ ਛਾਲ ਮਾਰੀ ਹੈ ਤੇ ਦਿਖਾਵਾਂਗੇ ਤੁਹਾਨੂੰ ਕਿਸ ਤਰ੍ਹਾਂ ਦੇ ਨਾਲ ਸੌਦੇ ਮੰਡੀਆਂ 'ਚ ਹੁੰਦੇ ਆ। ਕੋਸ਼ਿਸ਼ ਕਰਦੇ ਆ ਪੂਰੀ ਦੀ ਪੂਰੀ ਵੀਡੀਓ ਤੁਹਾਨੂੰ ਦਿਖਾ ਸਕੀਏ। ਤਾਂ ਬਾਈ ਹੁਣੀ ਵੇਚਣ ਵਾਲੇ ਹੋ ਖਰੀਦਣ ਵਾਲੇ ਹੋ? ਖਰੀਦਣ ਆ ਜੀ। ਇਹ ਖਰੀਦਣ ਵਾਲੇ ਨੇ ਤੇ ਵੇਚਣ ਵਾਲਾ? ਅਸੀਂ। ਕੀ ਨਾਮ ਬਾਈ ਜੀ ਕਿੱਥੋਂ? ਮੇਰਾ ਨਾਮ ਯਾਸੀਨ ਹੈ ਜੀ, ਵਿਦੇਸ਼ਾ ਪਿੰਡ। ਬਾਈ ਯਾਸੀਨ ਖਰੀਦਣ ਵਾਲੇ, ਤੁਹਾਡਾ ਕੀ ਹੈ ਜੀ? ਮਿੰਦਰ ਖੇਵਾਲੀ ਪਿੰਡ। ਮਿੰਦਰ ਬਾਈ ਵੇਚਣ ਕੀ ਦਾ ਸੌਦਾ ਕੀ ਦਾ ਕਰ ਰਹੇ ਹੋ? ਸੋ ਆ ਮੂਰੇ ਆ ਜਾਓ। ਹਾਂ ਹੁਣ ਦੱਸੋ ਫਿਰ ਕਿਹੜਾ ਕਿਹੜਾ ਉੱਤੋਂ ਸੌਦਾ ਕਰ ਰਿਹਾ ਸੀ ਦੱਸੋ? चल भी रहा होना ता भी कोई चक्कर नहीं, जे इन्हां दा सौदा बनदा ता ठीक है, जे नहीं बनूगा ता तुसी कर दिओ। नहीं बेटे ਮਿੰਦਰ ਬਾਈ ਦੇ ਉਧਰ ਉਧਰ ਹੋ ਜਾਓ ਬਾਪੂ ਜੀ, ਆ ਜਾਓ ਮਾੜਾ ਜਿਹਾ ਇੱਧਰ ਆ ਜਾਓ, ਇੱਧਰ ਆ ਜਾਓ ਭਾਵੇਂ। ਹਾਂ ਹੁਣ ਦੱਸੋ ਜੀ ਇਹ ਵਾਲਾ ਇੱਧਰ ਦਿਖਾਓ, ਬਾਹਰ ਬਾਹਰ ਕੱਢੋ ਇਹਨੂੰ, ਬਾਹਰ ਕੱਢੋ ਇਹਨੂੰ, ਆਹ ਦੇਖੋ ਇਸ ਬੱਕਰੇ ਦਾ ਜਿਹੜਾ ਬੱਕਰਾ ਹੀ ਹੈ ਨਾ, ਬਾਅਦ ਚ ਥੱਲੇ ਕਿਤੇ ਹੋਰ ਕੁਛ ਹੋ ਜਾਏ ਹੈ, ਠੀਕ ਹੈ। ਇਹ ਬੱਕਰਾ ਹੈ ਜੀ, ਪਹਿਲਾਂ ਹੋ ਗਿਆ ਸੀ ਐਂ, ਮੈਂ ਬੱਕਰੀ ਨੂੰ ਬੱਕਰਾ ਕਹਿ ਬੈਠਾ ਸੀ, ਆਹ ਦੇਖੋ। ਸੋ ਆਹ ਪਰਾਂ ਕਰ ਲਓ, ਬਾਪੂ ਜੀ ਆਰਾਮ ਨਾਲ ਖੜੋ, ਜੇ ਨਹੀਂ ਵਿਕਦਾ ਤਾਂ ਵੀ ਕੋਈ ਗੱਲ ਨੀ, ਵਿਕਦਾ ਤਾਂ ਵੀ ਗੱਲ ਨੀ, ਹੈਨਾ। ਲਿਖਾਈ ਕਰਾ ਦਾਂਗੇ ਜੀ ਤੇਰੀ। ਕਿੰਨੇ ਦੇ ਹੁੰਦੇ ਦੱਸੋ ਤੂੰ ਕੀ ਆਣਾ, ਕਿੰਨੇ ਦੇ ਕਹਿਣਾ ਯਾਰ? ਦੱਸ ਦਾ ਕਹਿਣਾ ਅਜੀ ਸ਼ਿਆਨਵੇਂ ਦਾ, ਇਹਨੂੰ ਕਹਿੰਦਾ ਲਿਖਾਈ ਕਰਾ ਦਾਂਗੇ ਜੀ। ਉੱਪਰ ਵੀ ਕਹਿੰਦਾ ਸੌਦਾ ਕਰਾਈ ਜਾਂਦੇ ਆ ਯਾਰ, ਖੜ ਜਾਓ ਫਿਰ, ਖੜ ਜਾਓ ਕੋਈ ਗੱਲ ਨੀ, ਮੈਂ ਰੁਪਿਆ ਵੀ ਨੀ ਛੱਡਦਾ, ਪੂਰਾ ਦਸ ਦਾ ਦਸ ਹੀ ਲਊਂਗਾ। ਗੱਲ ਸੁਣ ਲਾ, ਰੁਪਇਆ 200 ਛੱਡਦੀ, ਜੇ ਇੰਨੇ ਬੰਦੇ ਨਹੀਂ ਛੱਡਣਾ 200 ਛਡਾਉਣਾ ਹੁਣ ਬਾ ਗੱਲ ਮੁੱਕ ਗਈ, 200 ਛੱਡਦੀ ਇੰਨੇ ਬੰਦੇ ਤੋਂ ਮੰਨ ਜਾ ਗੱਲ, ਉਹ ਮੰਨੀ ਨਹੀਂ ਜਾਂਦੀ ਉਹ ਭਰਾਵਾ ਬਾਪੂ ਮਾਰ ਕੇ ਕਰੇ, ਉਹ ਮੈਂ ਨਹੀਂ ਯਾਰ, ਉਹ ਜਾ ਭਰਾਵਾ ਹੁਣ ਇਹ ਨਾ ਕਿ ਤੂੰ ਤਮਾਸ਼ਾ ਕਰੀ ਜਾਂਦਾ ਯਾਰ, ਫੇਰ ਕਰੀ ਜਾਂਦਾ ਯਾਰ, 200 ਮਾਨ ਦੇ ਉਹ ਭਰਾਵਾ, ਤੇਰਾ ਪਿੰਡ ਕਿਹੜਾ ਪਾਲਿਆ, ਕਿਵੇਂ ਪਾਲਿਆ ਤੇਰਾ ਪਿੰਡ ਕਿਹੜਾ? ਖਿਵਾਲੀ ਆ, ਖਿਵਾਲੀ ਹਾਂ, ਮੈਂ ਛੱਤੇ ਵਾਲੇ ਦਾ, ਇਹ ਬਾਈ ਕਿੱਥੋਂ ਦੇ ਆ? ਪਾਲਿਆ ਕਿਵੇਂ ਬਾਪੂ, ਐ ਦੱਸ ਕਿਵੇਂ ਪਾਲਿਆ? ਪੁੱਤਾਂ ਨੂੰ ਪਾਲਿਆ ਮੈਂ, ਮੈਂ ਛੱਤੇ ਵਾਲੇ ਦਾ, ਇਹ ਖਿਵਾਲੀ ਦੇ, ਮਿਹਨਤ ਤਾਂ ਲੱਗਦੀ ਹੈ ਵੀਰੇ, ਪਾਲਾ ਤਾਂ ਹੀ ਮਿਹਨਤ ਦਾ ਮੁੱਲ ਦੇ ਰਹੇ ਹਾਂ ਬਸ ਯਾਰ, ਹੁਣ ਤੂੰ ਵੀ ਮੰਨ ਲਿਆ ਬਾ, ਠੀਕ ਆ ਯਾਰ, 200 ਛਡਾਤਾ ਯਾਰ, ਚੱਲ ਇੰਨੇ ਬੰਦੇ ਕਹਿੰਦੇ ਯਾਰ ਕੀ ਗੱਲ, ਹੋਰ ਫੜੋ ਵੀ ਹੁੰਦਾ ਯਾਰ ਗੱਲ ਨੂੰ ਕੋਈ, ਖੜੋ ਯਾਰ 2 ਮਿੰਟ, ਤੁਸੀਂ ਤਾਂ ਯਾਰ ਉਹ ਜਾਈ ਜਾਂਦੇ ਹੋ ਹੈ, ਆਹ ਦੇਖ ਬਾਪੂ ਜੀ ਕਿਹੜਾ ਕਿਹੜਾ ਵੇਚਤਾ, ਕਿਹੜਾ ਵੇਚਤਾ ਜੀ ਡੱਬਾ, 1000 ਹੁਣ ਮੇਰਾ ਹੋ ਗਿਆ, ਸਾਰੇ ਤੁਸੀਂ ਰੱਖ ਲਓ ਪੁੱਤ, ਬੱਕਰਾ ਹੀ ਲੈ ਜਾ, ਬੱਕਰਾ ਲੈ ਜਾ ਤੂੰ। ਅੱਛਾ ਅੱਛਾ, ਠੀਕ ਹੋ ਗਿਆ ਸੌਦਾ ਕਿ ਨਹੀਂ? ਠੀਕ ਆ।
बकरे रख दे होर पहला भी है नहीं है कि बकरे इधर आ जाओ मेरे ओ नहीं हुन खुश हां तू खुश हां जी खुश हां दुखी ता नहीं 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 लेने तेरा हुन चार बोतलां ले आ भज के उठों जाके दादी ना 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 आप एक घंटे पहले दादी एक बार दे दारू दो चल पैसे के ला के लो जी पैसे ले ला सो सौदा हो गया भाई हो गया सौदा हां जी हां जी किन्ने मंगे सी किन्ने ला इन्हां ने मंगे थे 14000 जी 14 तो चलो हौली हौली 12 दे आगे जी 12 तो 10 दे आगे काम मर गया थी गाइस ਸਤੇ ਗਰਾਰੀ ਫਸ ਗਈ ਹੈ ਦੱਸ ਤੇ ਹਾਂਜੀ ਹੁਣ ਆਪਣਾ 200 ਕਰ ਗਰਾਰੀ ਨਿਕਲ ਗਈ 9800 ਚ ਨਿਕਲ ਗਈ ਨਿਕਲ ਗਈ ਜੀ ਆ ਵਾਲੀ ਹਾਂਜੀ ਆ ਦੇਖੋ ਜੀ ਆ ਬੱਕਰਾ ਕੁਆਲਿਟੀ ਵਾਈਜ਼ ਬਾਪੂ ਜੀ ਪਤਾ ਇਹਦੀ ਨਸਲ ਨੁਸਲ ਕੇ ਨਹੀਂ ਨਹੀਂ ਜੀ ਗਾਹ ਤੋਂ ਆਇਆ ਪਤਾ ਮੈਂ ਗੱਪ ਨਹੀਂ ਮਾਰਦਾ ਮੇਰੇ ਇਕੱਲੀ ਵਾਲਾ ਭਰਾ ਹੋਰ ਆਪਾਂ ਤਾਂ ਵੈਸੇ ਪੁੱਛਦੇ ਹਾਂ ਖਿਓਲੀ ਆ ਖਿਓਲੀ ਕਿੰਨੇ ਦੰਦ ਤੇ ਦੰਦ ਤਾਂ ਮਨ ਦਾ ਖੀਰਾ ਹੀ ਦਾ ਖੀਰਾ ਹੀ ਆ ਜੇ ਖੀਰਾ ਦੰਦ ਹੈ ਤੇ 200 ਘੱਟ 10000 200 ਘੱਟ 10000 ਦਾ ਸੋ ਖੀਰਾ ਬੱਚਾ ਦੇਖ ਸਕਦੇ ਹੋ ਕੁਆਲਿਟੀ ਨਜ਼ਦੀਕ ਕਰਕੇ ਦਿਖਾਓ ਇੱਕ ਵਾਰ ਕੰਨਾਂ ਦੀ ਲੈਂਥ ਵਧੀਆ ਸਿੰਘ ਚਪਟੇ ਤੇ ਚਿੱਟੀਆਂ ਅੱਖਾਂ ਠੀਕ ਹੈ ਕਪੂਰੇ ਦਿਖਾਓ ਕਪੂਰੇ ਥੋੜਾ ਵੈਸੇ ਖਤਮੀ ਨੇ ਖਤਮ ਹੈ ਅੱਛਾ ਖੱਸੀ ਹੈ ਇਹ ਬਾਬੇ ਨੇ ਪਹਿਲੇ ਹੀ ਮਰਦੇ ਮਸ਼ੀਨ ਲਵਾਈ ਸੀ ਬਾਬਾ ਬਾਬਾ ਅੱਗੋਂ ਲੈ ਕੇ ਆ ਕਰਾਇਆ ਆ ਗੱਪ ਮਾਰ ਕੇ ਕੋਈ ਪਸੂ ਨਹੀਂ ਦੇਣਾਗਾ ਚਲੋ ਕੋਈ ਨਹੀਂ ਸਾਰੇ ਹੀ ਸੱਚਾ ਤੇਰੇ ਤੋਂ ਬਹੁਤ ਸਹੀ ਹੈ ਤੇਰਾ ਅੱਛਾ ਅੱਛਾ ਗੱਲ ਸੁਣੋ ਗੱਲ ਸੁਣੋ ਹਾਂਜੀ ਬੱਕਰੀ ਪਾਲਣ ਪਹਿਲਾਂ ਤੋਂ ਕਰ ਰਹੇ ਹੋ ਜਾਂ ਹੁਣ ਕਰ ਰਹੇ ਹੋ ਨਹੀਂ ਟਾਈਮ ਦੇ ਕੰਮ ਕਰਦੇ ਹਾਂ ਜੀ ਇਸਦਾ ਲਾਈਫ ਇਸ ਦੇ ਕੰਮ ਕਰਦੇ ਹਾਂ ਬਸ ਲੰਘੇ ਹੀ ਕੰਮ ਕਰਦੇ ਦਾਦੇ ਪੜਦਾਦੇ ਲੰਘੇ ਸਾਡੇ ਲੰਘ ਗਏ ਕਿ ਹੈਗੇ ਆ ਲੰਘੇ ਹੀ ਹਾਂ ਹੁਣ ਅਸੀਂ ਉੱਠੇ ਵੇ ਨਵੇਂ ਹੁਣ ਤੁਸੀਂ ਆ ਤੇ ਤੁਸੀਂ ਵੀ ਇਸੇ ਚੋਂ ਲੰਘਣਾ ਮੀਟ ਮੁੱਢੀ ਦਾ ਕੀ ਕਰਨਾ ਕਿ ਅੱਗੇ ਹੋਰ ਕੁਝ ਇਹਨੇ ਤਾਂ ਮੀਟ ਦੀ ਦੁਕਾਨ ਜੀ ਮੀਟ ਦੀ ਸਾਡਾ ਕੰਮ ਹੈਗਾ ਲਾਈਫ ਇਸ ਦਾ ਜੀ ਲਾਈਫ ਇਸ ਦਾ ਕੰਮ ਹੈ ਤੇ ਵਪਾਰ ਕਰਦੇ ਆ ਅੱਛਾ ਵਪਾਰ ਕਰਦੇ ਹੋ ਕਮਾਈ ਹੈ ਮਾੜੀ ਹਾਂਜੀ 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 ਵਧੀਆ ਕਮਾਈ ਹੈ ਜੀ ਠੀਕ ਹੈ ਤੇ ਕਿੰਨੇ ਕ ਨਾਗ ਹੁੰਦੇ ਆ ਤੁਹਾਡੇ ਕੋਲੇ ਨਾਗ ਜਿਵੇਂ 20 25 30 ਜਿੰਨੇ ਮਿਲ ਜਾਣ ਸਾਰੇ ਲੈ ਲਿਆ ਜੀ ਇਥੋਂ ਵੇਚਦੇ ਫਿਰ ਕਿਸ ਲੋਟ ਨੂੰ ਵੇਚਦੇ ਆ ਅਸੀਂ ਮਲੇਕੋਲਾ ਮੰਡੀ ਵੀ ਕਰਦੇ ਆ ਜੀ ਆਵਾਲਾ ਮੰਡੀ ਵੀ ਕਰਦੇ ਆ ਬਾਕੀ ਆ ਮੰਡੀਆਂ ਵੀ ਕਰਦੇ ਆ ਜੀ ਇੱਥੇ ਸਾਡੀ ਲਾਈਵ ਵੇਚਾ ਜੀ ਅੱਜ ਮੰਡੀ ਦੋ ਥਾਵੇਂ ਲੱਗੀ ਹੈ ਨਾ ਬੇਗੇ ਲੈਣੇ ਵੀ ਚਲੋ ਹਾਂ ਉਹ ਤਾਂ ਛੱਡੋ ਤੁਸੀਂ ਇਹ ਦੱਸੋ ਵੀ ਮੰਡੀ ਦੇ ਵਿੱਚ ਪਹੁੰਚੇ ਹਨਾ ਕਿੰਨੇ ਕ ਜਾਨਵਰ ਲੈ ਲਏ ਜਾਨਵਰ ਅਸੀਂ 10 ਕ ਪਸ਼ੂ ਖਰੀਦ ਲਏ ਜੀ 10 ਪਸ਼ੂ ਵਧੀਆ ਮਤਲਬ ਨਸਲ ਤੇ ਕੰਮ ਕਰਦੇ ਹੋ ਨਹੀਂ ਨਹੀਂ ਇਸ ਦਾ ਜਿਹੜਾ ਮਤਲਬ ਕੋਈ ਨਸਲ ਦਾ ਜੀ ਕੋਈ ਕਾਟੂਗਾ ਵਜਨ ਦੇ ਹਿਸਾਬ ਤੇ ਵੀ ਲੈ ਲਿਆ ਜੀ ਸਾਰ ਹਰ ਤਰ੍ਹਾਂ ਦਾ ਪਸ਼ੂ ਲੈਨੇ ਜੀ ਹੁਣ ਕਿੰਨੇ ਕ ਟੋਟਲ ਹੋਣਗੇ ਤੁਹਾਡੇ ਕੋਲ ਘਰੇ ਘਰੇ ਹੈਗੇ ਨੇ 25 ਦੀ ਨਗ ਸਾਡੇ ਕੋਲੇ ਜੀ ਹਾਂਜੀ 25 30 ਨਗ ਤੇ ਕੋਈ ਟ੍ਰੇਨਿੰਗ ਵਗੈਰਾ ਵੀ ਲਈਏ ਜਾਂ ਵੈਸੇ ਜੀ ਨਹੀਂ ਵੈਸੇ ਆਪ ਵੀ ਟ੍ਰੇਨਡ ਆ ਜੀ ਕੋਈ ਮਤਲਬ ਇਹਨਾਂ ਦਾ ਕੋਈ ਦਵਾਈ ਦਾਰੂ ਜਾਂ ਫਿਰ ਕੁਝ ਇਸ ਤਰ੍ਹਾਂ ਸਾਡੇ ਕੋਲੇ ਹਫਤਾ ਨਹੀਂ ਖੜਦੇ ਹੈਗੇ ਜੀ ਹਫਤੇ ਦੇ ਵਿੱਚ ਹੀ ਆਟਾ ਹੈ ਜੀ ਇਹਨਾਂ ਦੀ ਮੰਡੀਆਂ 'ਚ ਹੀ ਟਪਾ ਦੇ ਹਾਂਜੀ ਹਾਂਜੀ ਚੱਲੂਗਾ ਇਹ ਇਕੱਠੇ ਹੋ ਗਏ ਜੀ ਅੰਬਾਲਾ ਮੰਡੀ ਕਰ ਦਾਂਗੇ ਮੰਗਲਵਾਰ ਨੂੰ ਹਾਂਜੀ ਫਿਰ ਦੂਜੀ ਮੰਡੀ ਆਊਗੀ ਉਹਦੇ ਵਿੱਚ ਤੁਸੀਂ ਵੇਚ ਦੋਗੇ ਮਤਲਬ ਅੱਛਾ ਥੋੜਾ ਬਹੁਤ ਮੁਨਾਫਾ ਹੋਊਗਾ ਹਾਂ ਵਧੀਆ ਹੁੰਦਾ ਹਾਂਜੀ ਜਾਂਦਾ ਹੀ ਵਧੀਆ ਐਵੇਂ ਅੱਛਾ ਫਾਇਦੇ ਵਾਲਾ ਕੰਮ ਹੈ ਕਿ ਨਹੀਂ ਹਾਂਜੀ ਫਾਇਦੇਮੰਦ ਕੰਮ ਆ ਜੀ ਜਿਹੜਾ ਨਵਾਂ ਕਿਸਾਨ ਵੀਰ ਹੈ ਉਹਨੂੰ ਕੀ ਸਲਾਹ ਦੋਗੇ ਬਾ ਜੀ ਦੇਖੋ ਇੰਨੀ ਨੌਲੇਜ ਤਾਂ ਸਾਨੂੰ ਹੈ ਨਹੀਂ ਠੀਕ ਹੈ ਕਿ ਨਹੀਂ ਠੀਕ ਹੈ ਕਿ ਨਹੀਂ ਆਪਾਂ ਨੂੰ ਚਲੋ ਠੀਕ ਹੈ ਹੋਰ ਜਿਹੜੇ ਕਿਸਾਨ ਵੀਰ ਨੇ ਜਿਹੜੇ ਸੌਦਾ ਕਰ ਰਹੇ ਆ ਉਹਨਾਂ ਦੀ ਜਿਹੜੀ ਸੌਦੇ ਹੈ ਜਾਂ ਜਾਨਵਰ ਨੇ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ